ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅਬ ਵੀਰੇ ਆ ਸ਼ਾਰਟ ਪਾਇਆ ਮੁਰੇ ਕਿਉਂਕਿ ਰਾਤ ਦੇ ਟਾਈਮ ਵੀਰ ਦੀ ਘੋੜੇ ਦੀ ਵੀਡੀਓ ਕੀਤੀ ਅੱਜ ਘੋੜਾ ਸੋਹਣਾ ਲੱਗਿਆ ਤੇ ਘੋੜਾ ਹੈਗਾ ਨਾਮ ਹੈਗਾ ਇਹਦਾ ਜਿਹੜਾ ਤੁਸੀਂ ਦੇਖ ਰਹੇ ਹੋ ਵੀਰ ਖੜਾ ਨਾਲ ਏਸ ਏਸ ਹੈਦਾ ਨਾਮ ਜੀ ਦੋ ਦੰਦ ਕੀਤੇ ਆ ਇਹਨੇ ਦੋ ਦੰਦ ਹੈਗਾ ਤੇ 62 ਤੋਂ ਉੱਪਰ ਹਾਈਟ ਹੋਊਗੀ ਜੀ ਤੇ ਐਟਮ ਦਾ ਪੋਤਾ ਹੈ ਤੇ ਇਹਦੇ ਫਾਦਰ ਦਾ ਨਾਮ ਵੀ ਏਸ ਆ ਤੇ ਆਰਪੀ ਗਿਲ ਜੀ ਦੇ ਸਟੱਡ ਫਾਰਮ ਤੋਂ ਮੇਰੇ ਖਿਆਲ ਬਰੀਡ ਹੋਇਆ ਇਹ ਪਰ ਬਈ ਰੂ ਖੁਸ਼ ਹੋਗੀ ਕੋੜਾ ਬਹੁਤ ਸਮਝਦਾਰ ਸਿਆਣਾ ਸੁੰਦਰਤਾ ਵੀ ਬਹੁਤ ਜਿਆਦੇ ਤੇ ਜਿੰਨੀ ਇਹਦੀ ਫਾਦਰ ਲਾਈਨ ਸਟਰੋਂਗ ਆ ਉਨੀ ਇਹਦੀ ਮਦਰ ਲਾਈਨ ਆਪਣੇ ਮੇਜਰ ਪਲਵਾਨ ਹੋਣਾ ਬਾਈ ਹੁਣ ਵਾਲੇ ਬੜੇ ਕੋੜੇ ਦੀ ਬੱਚੀ ਹੈ ਜੀ ਇਹ ਇਹਦੀ ਮਦਰ ਆ ਜਿਹੜੀ ਉਹ ਵੀ ਬਹੁਤ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਸੋ ਅੱਜ ਗਏ ਸੀਗੇ ਰਾਤ ਦੇ ਟਾਈਮ ਇੱਕ ਤਾਂ ਬਾਈ ਹੁਣਾ ਦਾ ਬਹੁਤ ਵਧੀਆ ਲੱਗਿਆ ਬਾਈ ਫਾਰਮ ਬੜੇ ਖੁੱਲੇ ਟੁੱਲੇ ਕਮਰੇ ਆ ਤੁਹਾਨੂੰ ਅੱਗੇ ਦਿਖਾਉਨੇ ਆ ਤੇ ਦੂਜਾ ਸੁਭਾਅ ਵੀ ਬਾਈ ਹੁਣਾ ਦਾ ਬਹੁਤ ਵਧੀਆ ਤੇ ਤੁਹਾਨੂੰ ਛੇਤੀ ਇਹਨਾਂ ਦੀ ਆ ਜਲਦੀ ਤੁਹਾਨੂੰ ਪੂਰੀ ਵਧੀਆ ਇੰਟਰਵਿਊ ਦਿਖਾਵਾਂਗੇ ਬੀਰ ਹੁਣਾ ਦੀ ਬਹੁਤ ਵਧੀਆ ਵਿਚਾਰ ਨੇ ਸੇਵਾ ਕਰਦਿਆ ਘੋੜਿਆਂ ਦੀ ਠੀਕਾ ਕੋਈ ਪੈਸਿਆਂ ਦਾ ਲਾਲਚ ਨਹੀਂ ਵੀ ਅਸੀਂ ਪੈਸਿਆਂ ਕਰਕੇ ਠੀਕ ਹੈ ਜੀ ਤੇ ਘੋੜਾ ਬਾਈ ਬਹੁਤ ਸਮਝਦਾਰ ਆ ਠੰਡੇ ਦਿਮਾਗ ਦਾ ਪਰ ਇੱਕ ਦੇਖ ਲਓ ਗੱਲ ਇਹੀ ਘੋੜਾ ਏਸ ਬਿਮਾਰ ਹੋ ਗਿਆ ਸੀ ਆ ਦੋ ਦਿਨ ਪਹਿਲਾਂ ਚਾ ਸੌਰੀ ਚਾਰ ਦਿਨ ਹੋ ਗਏ ਹੋਣਗੇ ਵਿਚਾਰੇ ਨੂੰ ਬਿਮਾਰ ਤੇ ਕਹਿੰਦੇ ਅੱਜ ਬਾਈ ਥੋੜਾ ਲੋਟ ਹੋਇਆ ਤਾਂ ਕਰਕੇ ਬਾਈ ਮਤਲਬ ਜੀ ਆਪਾਂ ਓਕਣ ਵੀਡੀਓ ਨਹੀਂ ਕਰ ਸਕੇ ਤੇ ਹੁਣ ਜਲਦੀ ਪਰ ਤੁਹਾਨੂੰ ਦਿਖਾਉਂਗਾ ਡੇ ਦੀ ਵੀਡੀਓ ਬਹੁਤ ਘੈਂਟ ਤੇ ਕੋੜਾ ਹੈਗਾ ਕੁਮੇਦ ਤੇ ਬਿਲਕੁਲ ਘੈਂਟ ਕੁਮੇਦ ਬਾਈ ਪੂਰੇ ਚਾਰੋ ਪੈਰ ਕਾਲੇ ਪੂਛ ਕਾਲੀ ਵਾਲ ਉੱਤੇ ਇੱਕ ਧੌਣ ਵਾਲੇ ਕਾਲੇ ਮੱਥੇ ਟਿੱਕਾ ਚਾਰੋ ਪੈਰ ਪੱਕੇ ਕਾਲੇ ਆ ਬਾਈ ਖੁਰਾਂ ਦੀ ਮਜ਼ਬੂਤੀ ਕਿਉਂਕਿ ਇਹ ਮਾਰਵਾੜੀ ਤੇ ਬਾਈ ਮੱਜੂ ਕੇ ਲਾਈਨ ਦਾ ਬਹੁਤ ਬਹੁਤ ਵਧੀਆ ਮਿਕਸਪ ਹੈ ਠੀਕ ਆ ਬਹੁਤ ਹੀ ਵਧੀਆ ਹਾਲੇ ਬੱਚਾ ਹੈ ਬਿਲਕੁਲ ਤੇ ਜਦੋਂ ਹੌਲੀ ਹੌਲੀ ਉਮਰ ਵਧਣੀ ਆ ਇਹਨੇ ਆਪਣਾ ਜਦੋਂ ਜਿਵੇਂ ਜਿਵੇਂ ਮੈਚਿਓਰਨੈਸ ਤੇ ਆਉਣਾ ਹੋਰ ਘੈਂਟ ਹੁੰਦੇ ਜਾਣਾ ਬਾਈ ਜੀ ਠੀਕ ਹੈ ਨਾ ਤੇ ਬਾਈ ਬਹੁਤ ਵਧੀਆ ਮਿੱਟੀ ਸਟਾਈ ਹੋਈ ਆ ਇਹਨਾਂ ਨੇ ਯਾਰ ਅੱਜ ਰੂਹ ਖੁਸ਼ ਹੋ ਗਈ ਵੀਰੇ ਮਿੱਟੀ ਇੰਨੀ ਨਰਮ ਜਿਵੇਂ ਰਾਜਸਥਾਨ ਵਾਲੀ ਹੁੰਦੀ ਹੈ ਬਾਲੂ ਮਿੱਟੀ ਜਿਹਨੂੰ ਕਹਿ ਦਿੰਦੇ ਆਪਾਂ ਉਹ ਵਾਲੀ ਮਿੱਟੀ ਆ ਬਾਈ ਆ ਬਾਈ ਹੁਣਾਂ ਦੀ ਦੋ ਘੋੜੀਆਂ ਨੇ ਵੀਰੇ ਠੀਕ ਆ ਦੋਨੋਂ ਹੀ ਪ੍ਰੈਗਨੈਂਟ ਸੀਗੀਆਂ ਤੇ ਬਾਈ ਜਿੰਨੀ ਥਾਂ ਤੇ ਬੰਨੀ ਆ ਹੁਣ ਵੀਡੀਓ ਚ ਮੈਨੂੰ ਲੱਗਦਾ ਥੋੜਾ ਤੁਹਾਨੂੰ ਲੱਗਦਾ ਹੋਵੇ ਵੀ ਜੈ ਜੈ ਥਾਂ ਪਰ ਜਦੋਂ ਆਪਾਂ ਕੋਲੋਂ ਦੇਖਦੇ ਆ ਆ ਦੇਖ ਲੋ ਕਮਰਾ ਇਹਨਾਂ ਦਾ ਵੀਰੇ ਬਹੁਤ ਸੋਹਣੇ ਕਮਰੇ ਖੁੱਲੇ ਢੁੱਲੇ ਤੇ ਹਵਾ ਹਾਰੇ ਬਾਈ ਪੂਰੇ ਹਵਾ ਹਾਰੇ ਕਮਰੇ ਵੀਰ ਹੁਣਾਂ ਦੇ ਯਾਰ ਪੈਣ ਖੁੱਲੇ ਹਰੇ ਘੋੜਾ ਖੁੱਲਾ ਢੁੱਲਾ ਰਹਿੰਦਾ ਆ ਘੋੜੀ ਸੀ ਇਹਦੇ ਮਗਰ ਬੱਚਾ ਹੈਗਾ ਆਪਣੇ ਕਾਲੇ ਪਾਈ ਹੁਣਾਂ ਵਾਲੇ ਘੋੜੇ ਦਾ ਵੱਡੇ ਘੋੜੇ ਦਾ ਜਿਹੜਾ ਹੈਗਾ ਬਾਈ ਹੁਣਾਂ ਕੋਲ ਠੀਕ ਆ ਨੀਲਾ ਘੋੜਾ ਭਾਈ ਰੋਸਤਮ ਦਾ ਬੱਚਾ ਇਹ ਤੇ ਆ ਘੋੜੀ ਵੀ ਬਹੁਤ ਸੋਹਣੀ ਸੀ ਤੇ ਸਮਝਦਾਰ ਵੀ ਸੀਗੀ ਭਾਈ ਸੋ ਦਿਲ ਕੀਤਾ ਵੀ ਜਾ ਕੇ ਅੱਜ ਤੁਹਾਨੂੰ ਇਹ ਦਿਖਾਈਏ ਵੀਰ ਵਧੀਆ ਸਿਸਟਮ ਕੀਤਾ ਹੋਇਆ ਘੋੜਿਆਂ ਦਾ ਉਹ ਜਿੱਥੇ ਘੋੜਾ ਖੜਾ ਪਾਣੀ ਪੀਂਦਾ ਭਾਈ ਠੀਕ ਹੈ ਨਾ ਇਹ ਪਾਣੀ ਪੀਂਦਾ ਤੇ ਮੈਨੂੰ ਇਹ ਥੋੜੀ ਕਮੀ ਵੀ ਲੱਗੀ ਕਿਉਂਕਿ ਜਦੋਂ ਆਪਾਂ ਲੰਚਿੰਗ ਕਰਾਉਣੇ ਆ ਇਹ ਲੰਚਿੰਗ ਕਰਾ ਦਿੰਦੇ ਇੱਥੇ ਜਾਂ ਖੁੱਲਾ ਛੱਡਦੇ ਆ ਫੇਰ ਘੋੜਾ ਮੁਰਕੋ ਮੁਰਕੀ ਹੋ ਕੇ ਨਾਲ ਹੀ ਇੱਕਦਮ ਪਾਣੀ ਵੀ ਪੀ ਲੈਂਦਾ ਵੀਰੇ ਚਲੋ ਕਈਆਂ ਦੇ ਘੋੜੇ ਗਿੱਜੇ ਵੀ ਇਸ ਤਰ੍ਹਾਂ ਹੀ ਹੋਏ ਆ ਹਨਾ ਹੁਣੇ ਬਾਈ ਹੁਣਾਂ ਦਾ ਇਰਾਦਾ ਆਪਣਾ ਰਾਈਡਿੰਗ ਸਕੂਲ ਕਰਨ ਦਾ ਬਾਈ ਤੇ ਆਪਾਂ ਸਾਪਣੇ ਸਪੋਰਟ ਵੀ ਕਰਨੀ ਆ ਬੜੀ ਛੇਤੀ ਇਹ ਕਰਨਗੇ ਆਪਣਾ ਰਾਈਡਿੰਗ ਸਕੂਲ ਬਾਈ ਠੀਕ ਹੈ ਨਾ ਤੇ ਘੋੜਾ ਬਾਈ ਬਰੀਡਿੰਗ ਦੇ ਲਈ ਓਪਨ ਹੈ ਇਹ ਤੁਹਾਨੂੰ ਫੋਨ ਨੰਬਰ ਬਾਈ ਹੁਣਾਂ ਦਾ ਐਡਰੈਸ ਬਾੜੇਵਾਲ ਪਿੰਡ ਆ ਠੀਕ ਆ ਬਾੜੇਵਾਲ ਪਿੰਡ ਆ ਤੇ ਜੇ ਕੋਈ ਵੀਰ ਨੇ ਬਰੀਡ ਕਰਾਉਣਾ ਹੋਵੇ ਬਹੁਤ ਸ਼ਾਨਦਾਰ ਘੋੜਾ ਵੀਰੇ ਤੇ ਜਿਹੜੇ ਬੰਦੇ ਕਮੈਦ ਕਲਰ ਨੂੰ ਲਵ ਕਰਦੇ ਆ ਬਾਈ ਉਹਨਾਂ ਲਈ ਬਹੁਤ ਵਧੀਆ ਮੌਕਾ ਕਿਉਂਕਿ ਲੁਧਿਆਣਾ ਸ਼ਹਿਰ ਦੇ ਜਿਵੇਂ ਹੀ ਵੇਚਿਆ ਇਹ ਬੈਠੇ ਬੜਾ ਵਧੀਆ ਵਿਊ ਆ ਬਾਈ ਆ ਤੁਹਾਨੂੰ ਹੁਣ ਦਿਖਾਉ ਆ ਦੇਖੋ ਆ ਸਾਰਾ ਸਾਉ ਸਿਟੀ ਵਾਲੀ ਨਹਿਰ ਆ ਬਾਈ ਪੰਪਸ਼ ਵਾਲੇ ਪੰਪ ਆ ਜਿਹੜਾ ਠੀਕ ਆ ਬਾਈ ਜੀ ਬਾਕੀ ਤੁਹਾਨੂੰ ਡਿਸਕ੍ਰਿਪਸ਼ਨ ਚ ਸਾਰੀ ਰਿਪੋਰਟ ਮਿਲ ਜੂਗੀ ਥੈਂਕ ਯੂ